तरन तरन के पिंड नागोके विखे बीते कई दिनों तो पै रही भारी बारिश कारण पिंड के गरीब लोगों के कोठे डिगन की कगार से हैं। पत्रकारों को जानकारी देते हुए पिंड के लोगों ने दसिया कि पिछले कई दिनों तो पै रही भारी बारिश उन्होंने बड़ी मुसीबत बनी हुई है। उन्होंने कहा कि उन्होंने घर दियां कंधा विच त्रेड़ा पै गई हैं अते कई घर दियां तां छत्तां भी पूरी तरह डिग चुकियां हन। इस समय समय दियां सरकारां नूं कोसदियां उन्होंने कहा कि सिर्फ चोणां समय ही वोटां लैण लई उन्हां नाल तरह तरह के वादे करके उन्हां नूं लुभाया जांदा है पर बाद विच उन्हां दी कोई भी सार नहीं लैंदा। हाँ जी भाजी की नाम जी? मेरा नाम हीरा सिंह है जी। केड़ा पिंड है जी? पिंड लागू गया जी। ਸਾਡੇ ਘਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਬਾਰਿਸ਼ ਕਾਰਨ ਅਤੇ ਕੁਝ ਸਾਡੇ ਮਤਲਬ ਪੁਰਾਣੇ ਜਿਹੜੇ ਮਕਾਨ ਆ ਅਤੇ ਅੱਜ ਤੱਕ ਮਤਲਬ ਨਾ ਤਾਂ ਕੋਈ ਵਿਧਾਇਕ ਆਇਆ ਇੱਥੇ ਅਤੇ ਨਾ ਸਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਮਿਲੀ ਆ ਅਤੇ ਹੁਣ ਦੀਆਂ ਬਾਰਿਸ਼ਾਂ ਨੇ ਬਹੁਤ ਬੁਰਾ ਹਾਲ ਕਰ ਦਿੱਤਾ ਛੱਤਾਂ ਡਿੱਗ ਪਈਆਂ ਸਾਡੀਆਂ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਤੇ ਅਸੀਂ ਇਹ ਸਰਕਾਰ ਕੋਲ ਮੰਗ ਕਰਨੀ ਚਾਹੁੰਦੇ ਹਾਂ ਵੀ ਕੋਈ ਵੀ ਵਿਧਾਇਕ ਆ ਕੇ ਸਾਡੇ ਮਤਲਬ ਪਿੰਡ ਦਾ ਜਿਹੜਾ ਮਾਇਨਾ ਕੀਤਾ ਜਾਵੇ ਵੇਖਿਆ ਜਾਵੇ ਜਾਂਚ ਕੇ ਜੇ ਤਾਂ ਕੋਈ ਗਲਤ ਗੱਲ ਹੋਵੇ ਤਾਂ ਉੱਥੇ ਮਤਲਬ ਜਿਹੜਾ ਐਕਸ਼ਨ ਲਿਆ ਜਾਵੇ ਅਤੇ ਜੋ ਵੀ ਸਾਡੇ ਘਰਾਂ ਦੀ ਹਾਲਤ ਵਗੀ ਉਹ ਵੇਖ ਕੇ ਅਤੇ ਸਾਨੂੰ ਮਤਲਬ ਜੋ ਬਲਦਾ ਇਨਸਾਫ ਹੈ ਉਹ ਦਿੱਤਾ ਜਾਵੇ ਕਿਉਂਕਿ ਸਾਡੇ ਘਰਾਂ ਦੀ ਹਾਲਤ ਤੁਸੀਂ ਵੇਖ ਹੀ ਲਈ ਆ ਬਹੁਤ ਜ਼ਿਆਦਾ ਮਾੜੀ ਆ ਸੱਤਾਂ ਟੁੱਟ ਗਈਆਂ ਵਾ ਬਾਲੇ ਜਿਹੜੇ ਕੋਈ ਚੋਣ ਲਿਆ ਵਾ ਕੋਈ ਬਹੁਤ ਬੁਰੀ ਹਾਲਤ ਵਾ ਅਤੇ ਅਸੀਂ ਇਹ ਸਰਕਾਰ ਕੋਲ ਮੰਗ ਚਾਹੁੰਦੇ ਹਾਂ ਕਿਉਂਕਿ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਬਹੁਤ ਵਧੀਆ ਸਰਕਾਰ ਆ ਅਤੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਵੀ ਕੋਈ ਸੁਣਵਾਈ ਕੀਤੀ ਜਾਵੇ ਅਤੇ ਸਾਨੂੰ ਜਿਹੜਾ ਬਣਦਾ ਹੱਕ ਵਾ ਸਾਨੂੰ ਮਿਲਦਾ ਜਾਵੇ। ਜਿਸ ਤਰ੍ਹਾਂ ਮੌਜੂਦਾ ਸਰਕਾਰ ਦੀ ਗੱਲ ਕੀਤੀ ਆ ਹੁਣ ਤੱਕ ਕਿਸੇ ਵੱਲੋਂ ਪ੍ਰਸ਼ਾਸਨ ਵੱਲੋਂ ਆ ਕੇ ਮੌਕਾ ਦੇਖਿਆ ਨਹੀਂ ਜੀ? ਹੁਣ ਤੱਕ ਅਜੇ ਤੱਕ ਕੋਈ ਨਹੀਂ ਸਾਡੇ ਕੋਲ ਆਇਆ ਅਤੇ ਅਸੀਂ ਤਾਂ ਇਹੋ ਹੀ ਚਾਹੁੰਦੇ ਹਾਂ ਵੀ ਜਿਹੜੀ ਸਰਕਾਰ ਆ ਮਤਲਾ ਕੇ ਅਤੇ ਸਾਡੀ ਹਾਲਤ ਵੇਖ ਕੇ ਅਤੇ ਸਾਨੂੰ ਜਿਹੜਾ ਬਣਦਾ ਵਾ ਹੱਕ ਉਹ ਸਾਡਾ ਦਿੱਤਾ ਜਾਵੇ ਕਿਉਂਕਿ ਬਹੁਤ ਜ਼ਿਆਦਾ ਪਰੇਸ਼ਾਨੀ ਇੱਕ ਬਾਰਿਸ਼ ਨੇ ਪਰੇਸ਼ਾਨੀ ਕੀਤੀ ਆ ਅਤੇ ਇੱਕ ਸਾਡੇ ਕੋਠੇ ਜਿਹੜੇ ਚੋਰ ਆ ਸੱਤਾਂ ਡਿੱਗ ਰਹੀਆਂ ਵਾ ਪੁਰਾਣੇ ਮਕਾਨ ਵਾ ਸਾਨੂੰ ਅੱਜ ਤੱਕ ਮੇਰੀ 50 ਸਾਲ ਉਮਰ ਹੋ ਗਈ ਆ ਅੱਜ ਤੱਕ ਸਾਨੂੰ ਕਿਸੇ ਨੇ ਮਤਲਬ ਆਣ ਕੇ ਨਹੀਂ ਕੋਠੇ ਦਾ ਦਿੱਤਾ ਵੀ ਤੁਹਾਡੇ ਮਕਾਨ ਬਣਨਗੇ ਜਾਂ ਸੱਤਾਂ ਬਦਲੀਆਂ ਜਾਣਗੀਆਂ ਅਤੇ ਵੈਸੇ ਕਾਗਜ਼ਾਂ ਦੇ ਵਿੱਚ ਤਾਂ ਬੜਾ ਕੁਝ ਹੋ ਚੁੱਕਾ ਵਾ ਅਤੇ ਪਰ ਅੱਜ ਤੱਕ ਅਸੀਂ ਇਹ ਸਰਕਾਰ ਨੂੰ ਇੱਕ ਬੇਨਤੀ ਵੀ ਕਰਦੇ ਹਾਂ ਅਤੇ ਇੱਕ ਚੇਤਾਵਨੀ ਵੀ ਦਿੰਦੇ ਹਾਂ ਵੀ ਅੱਜ ਤੱਕ ਸਾਡੀ ਕਿਸੇ ਨੇ ਇਹ ਸਾਰ ਨਹੀਂ ਲਈ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੀਆਂ ਸਰਕਾਰਾਂ ਸੁੱਤੀਆਂ ਉਹ ਜਾਗਣ ਅਤੇ ਜਿਹੜੀ ਗਰੀਬ ਜਨਤਾ ਵਾ ਉਹਨਾਂ ਵੱਲ ਥੋੜ੍ਹਾ ਬੜਾ ਧਿਆਨ ਦਿੱਤਾ ਜਾਵੇ ਅਤੇ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ ਹਾਂ ਜੀ। ਹਾਂਜੀ ਬਾਪੂ ਜੀ ਕੀ ਨਾਂ ਜੀ? ਮੇਰਾ ਨਾਮ ਭਜਨ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਨਾਗੋਕੇ। ਭਜਨ ਸਿੰਘ ਜੀ ਕੀ ਘਟਨਾ ਆਈ ਜਿਹੜੇ ਤੁਹਾਡੇ? ਘਟਨਾ ਇਹੋ ਹੀ ਆ ਜੀ, ਮੀਂਹ ਵਰਦਾ ਪੈਲੀਆਂ ਦੇ ਮਗਰ ਪਾਣੀ ਆ ਘਰਾਂ ਦੇ ਮਗਰ ਅਤੇ ਕੰਧਾਂ ਵਹਿੰਦੀਆਂ ਜਾਂਦੀਆਂ, ਮਕਾਨ ਪਾਟ ਗਏ ਆ ਅਤੇ ਉੱਪਰੋਂ ਬਾਲੇ ਵੀ ਦੋ ਚਾਰ ਵਾਰੀ ਡਿੱਗੇ ਆ ਅਤੇ ਮਾੜਾ ਮੋਟਾ ਕੜੀ ਕੁੜੀ ਉਡਾ ਕੇ ਅਤੇ ਮਤਲਬ ਰੋਕਿਆ ਕੰਮ ਅਤੇ ਇਹੋ ਹੀ ਅਸੀਂ ਸਰਕਾਰ ਕੋਲੋਂ ਚਾਹੁੰਦੇ ਹਾਂ ਵੀ ਸਾਡਾ ਆਣ ਕੇ ਕੋਈ ਵਿਧਾਇਕ ਆਵੇ, ਕੋਈ ਆਣ ਕੇ ਪਤਾ ਸੁਰ ਲੈ ਕੇ ਵੇਖ ਕੇ ਅਤੇ ਸਾਡੀ ਕੋਈ ਘਰਾਂ ਦੀ ਆਮ ਘਰਾਂ ਦਾ ਜਿਹੜਾ ਸਭ ਇਹੋ ਨੁਕਸਾਨ ਹੋਇਆ ਵਾ ਅਤੇ ਆਣ ਕੇ ਵੇਖ ਕੇ ਅਤੇ ਸਾਨੂੰ ਕੋਈ ਸਹਾਇਤਾ ਕੀਤੀ ਜਾਵੇ, ਮਕਾਨ ਕੋਈ ਪੈਸਾ ਧੇਲਾ ਗ੍ਰਾਂਟ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਮਕਾਨ ਆਪਣਾ ਬਦਲ ਕੇ ਛੱਤ ਬਦਲ ਲਈ। ਹਾਂਜੀ ਮਤਲਬ ਕੀ ਨਾਂ ਜੀ? ਹਾਂਜੀ ਜਸਵੀਰ ਕੌਰ ਮੇਰਾ ਨਾਮ ਜੀ। ਕਿਹੜਾ ਪਿੰਡ ਜੀ? ਨਾਗੋਕੇ ਜੀ। ਭਾਬਨ ਜੀ ਜਿਹੜੇ ਤੁਹਾਡੇ ਘਰਾਂ ਦਾ ਨੁਕਸਾਨ ਹੋਇਆ ਵਾ ਕਿਸ ਤਰ੍ਹਾਂ ਹੋਇਆ ਅਤੇ ਕੀ ਕਰਵਾਈ ਸਾਰੀ ਇਹ? ਹਾਂਜੀ ਘਰਾਂ ਦਾ ਨੁਕਸਾਨ ਇਸ ਤਰ੍ਹਾਂ ਹੋਇਆ ਵਾ ਵੀ ਜਿਹੜੇ ਲਗਾਤਾਰ ਮੀਂਹ ਪੈ ਰਹੇ ਆ ਨਾ ਉਹਨਾਂ ਨੇ ਬਹੁਤ ਨੁਕਸਾਨ ਕੀਤਾ, ਬਹੁਤ ਘਰਾਂ ਦਾ ਹੀ ਨੁਕਸਾਨ ਹੋਇਆ, ਇੱਕ ਦਾ ਨਹੀਂ ਹੋਇਆ, ਬੜੇ ਜ਼ਿਆਦਾ ਨੁਕਸਾਨ ਹੋਇਆ ਵਾ ਵੀ ਸੱਤਾਂ ਲੋਕਾਂ ਦੀਆਂ ਡਿੱਗ ਪਈਆਂ, ਕਈਆਂ ਦੇ ਬਾਲੇ ਡਿੱਗ ਪਏ ਆ, ਕਈਆਂ ਦੇ ਚੋਵੇ ਪੈਣ ਡੇ, ਕੰਧਾਂ ਪਾਟ ਗਈਆਂ ਵਾ ਜੀ। ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ। ਹੁਣ ਤੱਕ ਮਤਲਬ ਕਿਸੇ ਵੱਲੋਂ ਜਾਇਜ਼ਾ ਲਿਆ ਗਿਆ ਤੁਹਾਡਾ ਅੱਗੇ? ਨਹੀਂ ਜੀ ਅਜੇ ਤਾਂ ਇੱਕ ਸਾਨੂੰ ਕਿਸੇ ਨੇ ਵੇਖਿਆ ਨਹੀਂ ਆਣ ਕੇ ਵੀ ਜਾਂ ਸੱਤਾਂ ਕਿਸ ਤਰ੍ਹਾਂ ਵਾ ਡਿੱਗ ਪਈਆਂ ਵਾ ਜਾਂ ਰਹਿ ਗਈਆਂ ਜਾਂ ਕਿਸ ਤਰ੍ਹਾਂ ਨਹੀਂ। ਭਗਵੰਤ ਮਾਨ ਕੀ ਮੰਗ ਕਰਨਾ ਚਾਹੁੰਦੇ ਮੌਕੇ? ਹਾਂਜੀ ਅਸੀਂ ਨਵੀਂ ਸਰਕਾਰ ਕੋਲੋਂ ਇਹੋ ਮੰਗ ਕਰਦੇ ਹਾਂ ਵੀ ਸਾਡੇ ਘਰਾਂ ਨੂੰ ਕਮਰੇ ਲੈਂਟਰ ਵਾਲੇ ਪਾ ਕੇ ਦਿੱਤੇ ਜਾਣ ਜੀ। ਬੋਲਾਂਗੇ। ਹਾਂਜੀ ਮਤਲਬ ਕੀ ਨਾਂ ਜੀ? ਜਗਵੀਰ ਕੌਰ। ਕਿਹੜਾ ਪਿੰਡ ਜੀ? ਨਾਗੋ ਕੀ। ਮਤਲਬ ਕੀ ਕਰਨਾ ਚਾਹੋਗੇ ਤੁਹਾਡੇ ਘਰਾਂ ਦਾ ਨੁਕਸਾਨ ਹੋਇਆ? ਸਾਡੇ ਘਰਾਂ ਦਾ ਬਹੁਤ ਨੁਕਸਾਨ ਹੋਇਆ, ਅਜੇ ਬੱਚੇ ਵੀ ਆਉਣ ਵਾਲੇ ਆ ਅਤੇ ਘਰ ਆਇਆ ਮੇਰਾ ਉਹ ਨਹੀਂ ਹੈਗਾ, ਠੀਕ ਗਿਆ ਗੱਲ ਅਤੇ ਬਹੁਤ ਹੋਇਆ, ਕੋਠੇ ਕੰਢਾਂ ਡਿੱਗਣ ਡਏ ਅਤੇ ਪਾਣੀ ਖਲੋਤਾ ਵਿੱਚ ਘਰਾਂ ਦੇ ਅਤੇ ਕੋਈ ਨਹੀਂ ਆਣ ਕੇ ਬਾਤ ਨਹੀਂ ਪੁੱਛੀ, ਨਾ ਮੈਂਬਰ ਨੇ ਨਾ ਸਰਪੰਚ ਨੇ, ਕੋਈ ਨਹੀਂ ਆਇਆ ਸਾਡੇ, ਪਹੁੰਚਿਆ ਨਹੀਂ ਸਾਡੇ ਤੱਕ, ਨਾ ਕੋਈ ਸਾਡੀ ਨਾਈ ਬਣਾਈ ਆ, ਨਾ ਕੋਈ ਸਾਡੇ ਕੋਈ ਕਮਰਾ ਪਾਇਆ, ਨਾ ਕੋਈ ਸਾਡੇ ਪਹੁੰਚਿਆ ਹੀ ਨਹੀਂ ਸਾਡੇ ਤੱਕ, ਸਾਡੀ ਮੁਸ਼ਕਲ ਇਹ ਵਾ। ਇਹਦੀ ਸਰਕਾਰ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਪੁੱਜਿਆ ਤੁਹਾਡੇ ਕੋਲ? ਹੁਣ ਨਹੀਂ ਕੋਈ ਨਹੀਂ ਪਹੁੰਚਿਆ। ਉੱਚ ਅਧਿਕਾਰੀ ਉਹ ਕੀ ਮੰਗ ਕਰਨਾ ਚਾਹੁੰਦੇ ਜੀ? ਅਸੀਂ ਆਨੇ ਸਾਡੇ ਬਾਲੇ ਆਏ ਆ ਕਮਰੇ ਅਤੇ ਸਾਡੇ ਲੈਂਟਰਾਂ 'ਚ ਪੈ ਜਾਣਾ, ਅਸੀਂ ਜਦੋਂ ਮੀਂਹ ਪੈਂਦਾ ਵਾ ਬੱਚੇ ਲੈ ਕੇ ਬਾਹਰ ਪੈ ਜਾਂਦੇ ਹਾਂ,
ਵੀ ਕਦੇ ਡੇਗੀ ਨਾ ਪੈਣ ਅਤੇ ਮੈਂ ਹੁਣ ਵੀ ਆਖਿਆ ਸੀ ਭਾਅ ਜੀ ਵੇਖ ਕੇ ਆਓ ਸਾਡੇ ਪਾਣੀ ਘਰਾਂ 'ਚ ਖਲੋਤਾ ਵਾ ਹੈਂ ਅਤੇ ਸਾਡੀ ਇਹ ਵਾ ਮਜ਼ਬੂਰ ਵੀ ਸਾਨੂੰ ਸਾਡੀ ਮਜ਼ਬੂਰੀ ਇਹੋ ਹੀ ਆ ਵੀ ਸਾਡੇ ਕਮਰੇ ਪੈਣੇ ਚਾਹੀਦੇ ਆ 50 ਸਾਲ ਹੋ ਗਏ ਆ ਕਿਤੇ ਕੁਛ ਦਿੱਤਾ ਉਹਨਾਂ ਨੇ ਇੱਦਾਂ ਹੀ ਆਖ ਦਿੰਦੇ ਅੱਜ ਦਵਾਂਗੇ ਭਾ ਕੇ ਦਾਂਗੇ ਜਦੋਂ ਕੁਛ ਨਹੀਂ ਦਿੰਦੇ ਹੈਂ ਲੈ ਜਾਂਦੇ ਆ ਆ ਜਾਓ ਤਾਂ ਮੁੜ ਕੇ ਕੁਛ ਵੀ ਨਾ ਤੁਹਾਡੇ ਕੋਠੇ ਲਿਆਵਾਂ ਤੁਹਾਡਾ ਉਹ ਲਿਆ ਕੁਛ ਨਹੀਂ ਲਿਆਉਂਦੇ ਮੁੜ ਕੇ ਕੱਕੜਿਆਂ ਦੇ ਪਾਏ ਮਾਰਿਆਂ ਨੂੰ ਕੋਈ ਪੁੱਛਦਾ ਹਾਂ ਜੇ ਜਾਂਦੇ ਤਾਂ ਆਖਦਾ ਉਹ ਪੈਸੇ ਆਏ ਨਹੀਂ ਅਜੇ ਅਸੀਂ ਤਾਂ ਆਉਂਦੇ ਹੀ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ